हाँ जी, सलाम अलैकुम जी सारिया नूं। आज सर साडे मिनी विभाग की शुरुआत हो चुकी है सीधी ट्रेनिंग तो स्कूलों जिते ट्रेनिंग ते आई दा असीं सारे मुंडे ते फॉलो करो यार, फॉलो नहीं करते तुसीं तो डेली मैं तीन चार वीडियो रोज दे सिटदा। हाय ब्रो, दिस इज मोरिस साहब ब्रो, दिस होड इज वेरी एक्सपेंसिव ब्रो, दिस इज द गंदा नाला मार्केट एंड 15 रुपीस डॉलर Only not 50. This jacket is very waterproof. This jacket is very good. ਤੁਹਾਨੂੰ ਜਿਹੜੀ ਇੰਗਲਿਸ਼ ਆ ਰਹੀ ਬਸ ਕੱਟ ਦੇ ਕੇ ਭਾਈ ਜਾਨ, ਤੁਹਾਨੂੰ ਇੱਕ ਵਾਰ ਫਿਰ ਵਿਊ ਦੇ ਦਿੰਦੇ ਹਾਂ ਸਕੂਲ ਦਾ, ਵੀ ਬੜਾ ਮਾਹੌਲ ਆ ਅੱਛਾ ਸਾਡੇ ਸਕੂਲ ਦਾ, ਇੱਥੇ ਟ੍ਰੇਨਿੰਗ ਲਾਈ ਦੀ ਆ। ਆ ਤੁਹਾਡੇ ਫੇਵਰੇਟ ਭਲਵਾਨ ਆਸਮ ਸਾਹਿਬ, ਮੌਲਵੀ ਸਾਹਿਬ ਅਤੇ ਵਨ ਐਂਡ ਓਨਲੀ ਦ ਗ੍ਰੇਟ ਅਲੀ ਹਸਨ ਜਿਹੜੇ ਪੈਕਟ ਦਾ ਬਾਈ ਭਾਈ ਜਾਨ, ਇਹ ਬੜਾ ਅੱਛਾ ਮਾਹੌਲ ਆ ਸਕੂਲ 'ਚ, ਬੜੀ ਸੋਹਣੀ ਟ੍ਰੇਨਿੰਗ ਲਾਈ ਦੀ ਇੱਥੇ। ਫਾਲੋ ਕਰੋ ਯਾਰ, ਫਾਲੋ ਨਹੀਂ ਕਰਦੇ ਤੁਸੀਂ ਸਾਹਿਬ, ਬੜੀ ਮਾੜੀ ਕਰ ਰਿਹਾ ਯਾਰ, ਬੰਦਾ ਫੇਮਸ ਨਹੀਂ ਹੋ ਰਿਹਾ, ਪਿੰਡਾਂ 'ਚ ਰੁਲ ਰਿਹਾ, ਐਡਾ ਵੱਡਾ ਟੈਲੈਂਟ ਫਾਲੋ ਨਹੀਂ ਕਰਦੇ ਯਾਰ। ਚਗਲਾ ਵੀ ਤੱਕ ਅਸੀਂ ਲਾਈਕ ਕਮੈਂਟ ਕਰਦੇ ਹੀ ਹੋ, ਕੋਈ ਇਹਨੂੰ ਵੀ ਕਰ ਲਓ, ਇਹ ਤਾਂ ਸਾਡੇ ਸਭ ਤੋਂ ਵੱਡੀ ਚਗਾਲ ਆ ਯਾਰ। ਨਹੀਂ ਫਾਲੋ ਕਰਿਆ ਕਰੋ ਭਾਈ, ਜੰਨਤ ਮਿਰਜ਼ਾ ਲਿਸ਼ਬਾਨ ਜਮ ਤੋਂ ਬਾਹਰ ਆਓ ਅਤੇ ਆਹ ਪਿੰਡਾਂ ਵਾਲਿਆਂ ਨੂੰ ਫਾਲੋ ਕਰੋ ਅਤੇ ਤੁਹਾਨੂੰ ਕੋਈ ਪਤਾ ਲੱਗੇ ਪਿੰਡਾਂ 'ਚ ਕੀ ਹੋ ਰਿਹਾ। ਜੇ ਨਾਲੇ ਕਰੀ ਦੀ ਟ੍ਰੇਨਿੰਗ, ਨਾਲੇ ਮਰਦੀਆਂ ਦਾਤਣਾ, ਦੰਦ ਇਜ਼ ਵੈਰੀ ਪੱਕੇ, ਸਵਾਕਾਂ ਜੀ ਦੇਖੋ ਨਿਮੇ ਹੈ, ਇਹ ਹਮਨਾ ਤੋੜ ਤੋੜ ਕੇ ਐਸੀ ਛਾਂਕਦੀ ਹੈ ਕਿ ਜੈਸੇ ਇਨ ਪਰ ਟਾਣੀਆਂ ਹੋਤੀ ਨਹੀਂ ਹੈ। ਸਾਰਿਆਂ ਤੋਂ ਮੁਸਕਵਾਕਾਂ ਤੋੜੀ ਦੀਆਂ, ਨਾਲੇ ਕਰੀ ਦੀ ਦਾਤਣ ਅਤੇ ਨਾਲੇ ਮਾਰੀ ਦੀ ਟ੍ਰੇਨਿੰਗ ਆਇਆ ਹੋਇਆ, ਸੁਬਾਹ ਦਾ ਨਜ਼ਾਰਾ ਆ ਜਾਂਦਾ। Man, this exercise is leg is very strong. ਚੜਨੀ ਤੇਰੀ ਹੈ ਕੋਈ ਨਾ ਸਟਰੋਂਗ। ਮੇਰੇ ਭਾਈ ਬੜੇ ਵਿਊ ਆਉਂਦੇ ਆ, ਇਹਨੂੰ ਮੈਂ ਦਿਖਾ ਦਿਓ ਸ਼ਰਟ ਲੱਗ ਗਈ ਬੰਦੇ ਨਾਲ, ਇੰਨੇ ਵਿਊ ਪਾ ਦਿਓ ਵੀ ਇਹ ਬੰਦਾ ਪਰੇਸ਼ਾਨ ਕਰਦੇ ਆ। ਮੈਂ ਵਿਊ ਤੋਂ ਕੀ, ਟਿਕਟੋਕ ਤੇ ਜਾ ਕੇ ਦੇਖੀ ਪੁੱਤਰਾ ਵਿਊ ਪੈਂਦੇ, ਛੜਕਣਾ ਵਿਊ ਦਾ ਕਿੰਨਾ, ਲਾਇਕ ਤਾਂ ਕਰਦੇ ਕੋਈ ਯਾਰ, ਲਾਇਕ ਕਰੋਗੇ ਹੁਣ ਯਾਰ, ਹੁਣ ਦੇਖ ਲਓ ਬੰਦੇ ਨਾਲ ਮੂੰਹ ਤਾਂ ਗੱਲ ਕਰਤੀ ਆ, ਅੱਲਾ ਦਾ ਵਾਸਤਾ ਹੀ ਲਾਇਕ ਮਾਰ ਦਿਓ। ਅੱਜ ਦਾ ਫਿਰ ਟ੍ਰੇਨਿੰਗ ਲਾ ਕੇ ਪੰਪ ਚੈੱਕ ਹੋ ਰਿਹਾ ਵੀ ਕਿੰਨਾ ਕਾਇਆ ਜਿਸਮ 'ਤੇ ਤਸਵੀਰਾਂ ਹੋ ਰਹੀਆਂ ਆ। ਵਨ ਐਂਡ ਓਨਲੀ ਆਸਮ ਸਾਹਿਬ ਵੀ ਖੜ੍ਹੇ ਇੱਥੇ। ਹਾਂਜੀ ਸਰ, ਕੈਸੀ ਤਸਵੀਰ, ਇਹਦੇ ਦਿਖਾਉਣਾ, ਇਹਦੇ ਵੀਡੀਓ ਵੀ ਦਿਖਾਓ ਨਾ, ਸਹੀ ਆਈ ਐਡਿਟ ਕਰਕੇ। ਬਹੁਤ ਮਨੁੱਖ ਲੱਗ ਰਹੇ, ਮਤ ਕਰੋ, ਰਹਿਣ ਲੋ। ਆਈਫੋਨ ਮੈਂ ਤਸਵੀਰ ਸਹੀ ਆਤੀ ਹੈ, ਤੁਮੇ ਨਹੀਂ ਪਤਾ ਇੱਥੇ ਭਾਈ ਜਾਨ ਪੋਜ਼ਿੰਗ ਹੋ ਰਹੀ ਆ ਜੀ, ਵੀ ਜਿਸਮ ਸਾਡਾ ਕੈਸਾ ਹੋ ਗਿਆ, ਇਹ ਚੈੱਕ ਹੋ ਰਿਹਾ ਸਾਡਾ ਕੈਸਾ ਹੋ ਗਿਆ, ਸਾਡਾ ਹੋਇਆ ਹੀ ਨਹੀਂ, ਇਹ ਲੱਗਦਾ ਡੋਲੀਆਂ ਹੀ ਲੈ ਗਈਆਂ, ਸਾਡਾ ਵੀ ਡੋਲਾ ਜਿਹਾ ਮਾੜਾ ਜਿਹਾ ਬਣ ਗਿਆ ਆ। ਟ੍ਰੇਨਿੰਗਾਂ ਚੱਲ ਰਹੀਆਂ ਆ ਸਕੂਲੇ ਅਤੇ ਸਾਨੂੰ ਜੁਆਇਨਿੰਗ ਕਰ ਲਿਆ ਭਲਵਾਨ ਹਨੈਨ, ਇੱਧਰ ਹੈਲੋ ਹਾਏ ਕਰ ਜਾਓ ਮਾੜੀ ਜੀ, ਇਹ ਕਿਹੜੀ ਹੈਲੋ ਹਾਏ। ਹਾਂਜੀ ਮੋਸ਼ ਸਾਹਿਬ, ਰੋਨੀ ਕੋਲਮੈਨ ਸਾਹਿਬ ਬਿਮਾਰੀ ਤੋਂ ਵਾਪਸ ਆਉਂਦੇ ਹੋਏ ਅਤੇ ਫਿੱਟ ਦੁਬਾਰਾ ਹੁੰਦੇ ਹੋਏ ਅਤੇ ਸਾਨੂੰ ਟ੍ਰੇਨ ਕਰਦੇ ਹੋਏ ਭਾਈ ਜਾਨ, ਇੱਧਰ ਭਾਈ ਸਾਹਿਬ ਜੇ ਕਰਨਦਰ ਸਾਹਿਬ ਆ ਸ਼ਰਗੇਦ ਦਾ, ਰੋਨੀ ਕੋਲਮੈਨ ਦਾ ਭਾਈ ਜਾਨ ਕਹਿੰਦਾ ਮੈਂ ਭਾਈ ਜਾਨ ਫਿੱਟ ਹੋਣਾ ਅਤੇ ਸ਼ਰਗੇਦ ਪੈ ਗਿਆ ਭਾਈ। ਟ੍ਰੇਨਿੰਗ ਆਪਣੀ ਹੋਣ ਵਾਲੀ ਆ ਪੂਰੀ, ਥੋੜ੍ਹੇ ਘੱਟਾ ਘੱਟ ਡੰਡ ਮਾਰ ਕੇ ਜਾਂਦੇ ਹਾਂ ਅਤੇ ਜਾਂਦਿਆਂ ਵਾਰੀ ਲਾਈਕ ਕਰੋ, ਫਾਲੋ ਕਰੋ, ਜਿਹਨਾਂ ਨਾ ਕੀਤਾ ਨਾ ਉਹਨੂੰ ਆ ਬੰਦੇ ਚੁੰਮੀਆਂ ਲੈ ਕੇ ਦੇ ਦੇਣੀਆਂ ਮੈਂ, ਜਿਹਨੇ ਨਾ ਫਾਲੋ ਕੀਤਾ ਦੇ ਲਓ ਬੰਦਾ, ਇਹਦੀਆਂ ਚੁੰਮੀਆਂ ਭਾਈ ਕਨਫਰਮ ਹੋ ਗਈਆਂ, ਜਿਹਨੇ ਨਾ ਫਾਲੋ ਕੀਤਾ ਸਹੀ ਹੈ ਨਾ।